ਅਜਿਹਾ ਸਰਦਾਰ ਜਿਸਨੇ ਹਾਰ ਨਹੀਂ ਮੰਨੀ, ਜਿਹਨੇ ਨਾ ਸਿਰਫ ਆਪਣੇ ਮੁਲਕ ਦਾ ਝੰਡਾ ਬੁਲੰਦ ਕੀਤਾ ਬਲਕਿ ਉਹ ਦਸਤਾਰ ਵੀ ਉਸ ਓਲੰਪਿਕ ਦੇ ਵਿੱਚ ਚਮਕੀ ਜਿੱਥੇ ਜਾਣ ਦਾ ਸੁਪਨਾ ਹਰ ਕੋਈ ਲੈਂਦਾ। ਜਿਸ ਦਿਨ ਮੈਂ ਮੈਡਲ ਜਿੱਤਿਆ ਉਸ ਦਿਨ ਜੀ ਮੈਨੂੰ ਆਰਚਰੀ ਸ਼ੁਰੂ ਕੀਤੇ ਨੂੰ 12 ਸਾਲ 12 ਦਿਨ ਹੋਏ ਸੀ। ਮੇਰੇ 'ਤੇ ਕਿਰਪਾ ਹੋਈ ਔਰ ਮੇਰੀ ਮਿਹਨਤ ਨੂੰ ਰੰਗ ਭਾਗ ਲੱਗੇ ਔਰ ਮੈਂ ਇੰਡੀਆ ਦਾ ਨਾਮ, ਪੱਗ ਦਾ ਨਾਮ, ਪੰਜਾਬੀ ਦਾ ਨਾਮ ਵਿਦੇਸ਼ਾਂ ਦੀ ਧਰਤੀ 'ਤੇ ਮੈਡਲ ਜਿੱਤ ਕੇ ਚੱਕੀ। ਐਥਲੀਟ ਲਈ ਹਰ ਜ਼ਿੰਦਗੀ ਦੇ ਹਰ ਮੋੜ 'ਤੇ ਚੈਲੇਂਜ ਰਹਿੰਦਾ ਹੈ। ਕਹਿੰਦੇ ਨਾ ਕਈ ਵਾਰ ਕੋਚ ਤੋਂ ਵੱਧ ਇੱਕ ਪਲੇਅਰ ਦਾ ਬਹੁਤ ਵੱਡਾ ਹੈ। ਇੱਕ ਹੀਰਾ ਉਹ ਪਹਿਲਾਂ ਹੀ ਹੀਰਾ ਹੋਵੇ ਅਤੇ ਕੋਚ ਨੂੰ ਅੱਛਾ ਮਿਲ ਜਾਏ ਤਾਂ ਤਰਾਸ਼ਿਆ ਜਾਂਦਾ। ਅਤੇ ਪਹਿਲਾਂ ਹੀ ਖਦਾਨ ਸੀ ਅਤੇ ਮੈਂ ਹੌਲੇ ਹੌਲੇ ਨਿਕਲ ਰਿਹਾ। ਮਤਲਬ ਹੀ ਇਜ਼ ਡੂਇੰਗ ਗ੍ਰੇਟ, ਸਟੱਡੀ ਵਿੱਚ ਬਹੁਤ ਅੱਛਾ ਹੈ, ਡਿਸਿਪਲਿਨ ਵਾਈਜ਼ ਬ੍ਰਿਲੀਅੰਟ, ਮੋਰ ਦੈਨ ਮੀ। ਨਸ਼ਾ ਮਤਲਬ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਆਪਾਂ ਨੂੰ ਸਭ ਨੂੰ ਪਤਾ, ਬਟ ਇਹ ਸਿਰਫ ਫੈਮਿਲੀਜ਼ ਕਲਚਰ ਸਪੋਰਟਸ ਜਿੰਨਾ ਆਊਗਾ ਉਨਾ ਜ਼ਿਆਦਾ ਨਸ਼ਾ ਛੱਡਿਆ ਜਾਊਗਾ। ਅੱਜ ਤੁਹਾਡੀ ਮੁਲਾਕਾਤ ਅਜਿਹੇ ਗੋਲਡਨ ਸਰਦਾਰ ਦੇ ਨਾਲ ਕਰਾਉਣ ਜਾ ਰਹੇ ਹਾਂ ਜਿਸਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੈ। ਜੀ ਹਾਂ, ਇੱਕ ਅਜਿਹਾ ਸਰਦਾਰ ਜਿਸਨੇ ਹਾਰ ਨਹੀਂ ਮੰਨੀ, ਜਿਹਨੇ ਨਾ ਸਿਰਫ ਆਪਣੇ ਮੁਲਕ ਦਾ ਝੰਡਾ ਬੁਲੰਦ ਕੀਤਾ ਬਲਕਿ ਉਹ ਦਸਤਾਰ ਵੀ ਉਸ ਓਲੰਪਿਕ ਦੇ ਵਿੱਚ ਚਮਕੀ ਜਿੱਥੇ ਜਾਣ ਦਾ ਸੁਪਨਾ ਹਰ ਕੋਈ ਲੈਂਦਾ। ਜੀ ਹਾਂ, ਮੇਰੇ ਨਾਲ ਨੇ ਸਰਦਾਰ ਹਰਵਿੰਦਰ ਸਿੰਘ। ਬਹੁਤ ਬਹੁਤ ਮੁਬਾਰਕਾਂ ਭਾਅ ਜੀ ਤੁਹਾਨੂੰ ਅਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਮੈਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਭਾਅ ਜੀ, ਕਹਿੰਦੇ ਮੈਂ ਤਾਂ ਤੁਹਾਨੂੰ ਬੜੇ ਸਾਲਾਂ ਤੋਂ ਟੀ ਵੀ 'ਤੇ ਦੇਖਦਾ। ਮੈਂ ਕਿਹਾ ਮੈਂ ਵੀ ਤੁਹਾਨੂੰ ਅੱਜ ਟੀ ਵੀ 'ਤੇ ਹੀ ਦੇਖਿਆ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਸਭ ਤੋਂ ਪਹਿਲਾਂ ਤਾਂ ਜੋ ਤੁਹਾਡੀ ਮੋਟੀਵੇਸ਼ਨ ਹੈ, ਮਤਲਬ ਪੂਰੀ ਦੁਨੀਆ ਦੇ ਵਿੱਚ ਅੱਜ ਤੁਹਾਡੀ ਚਰਚਾ ਹੋ ਰਹੀ ਹੈ, ਤੁਹਾਡੇ ਸਟਾਈਲ ਦੀ ਚਰਚਾ ਹੋ ਰਹੀ ਹੈ, ਕਿਵੇਂ ਦਾ ਮਹਿਸੂਸ ਹੁੰਦਾ? ਕਿਉਂਕਿ ਮਨ ਦੇ ਵਿੱਚ ਇੱਕ ਤ੍ਰਿਸ਼ਨਾ ਹੋਵੇ ਨਾ ਕਿੱਥੇ ਪਹੁੰਚਣਾ ਅਤੇ ਉਹ ਤੁਸੀਂ ਪਹੁੰਚ ਕੇ ਰਹਿੰਦੇ ਜੀ। ਬਿਲਕੁਲ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ 12 ਸਾਲ ਲੱਗ ਗਏ ਮੈਨੂੰ ਇੱਥੇ ਤੱਕ ਪਹੁੰਚਣ ਨੂੰ। ਜਿਸ ਦਿਨ ਮੈਂ ਮੈਡਲ ਜਿੱਤਿਆ ਉਸ ਦਿਨ ਜੀ ਮੈਨੂੰ ਆਰਚਰੀ ਸ਼ੁਰੂ ਕੀਤੇ ਨੂੰ 12 ਸਾਲ 12 ਦਿਨ ਹੋਏ ਸੀ। ਕਿਆ ਬਾਤ! ਔਰ ਮੈਂ ਗੁਰੂ ਮਹਾਰਾਜ ਦੀ ਕਿਰਪਾ ਸਮਝਦਾ ਕਿ ਮੇਰੇ 'ਤੇ ਕਿਰਪਾ ਹੋਈ ਔਰ ਮੇਰੀ ਮਿਹਨਤ ਨੂੰ ਰੰਗ ਭਾਗ ਲੱਗੇ ਔਰ ਮੈਂ ਇੰਡੀਆ ਦਾ ਨਾਮ, ਪੱਗ ਦਾ ਨਾਮ, ਪੰਜਾਬੀ ਦਾ ਨਾਮ ਵਿਦੇਸ਼ਾਂ ਦੀ ਧਰਤੀ 'ਤੇ ਮੈਡਲ ਜਿੱਤ ਕੇ ਚੱਕੀ। ਪੈਰਾਲੰਪਿਕਸ ਦੇ ਵਿੱਚ ਮੈਡਲ ਜਿੱਤਣਾ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਕੰਮ ਹੁੰਦਾ ਕਿ ਸਮੁੰਦਰ ਦੇ ਵਿੱਚੋਂ ਇੱਕ ਮੋਤੀ ਕੱਢ ਕੇ ਲਿਆਉਣਾ। ਅਰਵਿੰਦਰ ਸਿੰਘ ਜੀ, ਕਿਉਂਕਿ ਜਿਸ ਤਰੀਕੇ ਦੇ ਨਾਲ, ਕਿਉਂਕਿ ਸਮਾਜ ਦੇ ਵਿੱਚ ਹਰ ਤਬਕੇ ਦੇ ਲੋਕ ਰਹਿੰਦੇ ਨੇ, ਕਿਸੇ ਨਾ ਕਿਸੇ ਤਰ੍ਹਾਂ ਦੇ ਚੈਲੇਂਜਸ ਉਹਨਾਂ ਨੂੰ ਰਹਿੰਦੇ ਨੇ, ਉਹਨਾਂ ਸਾਰੇ ਚੈਲੇਂਜਸ ਦੇ ਬਾਵਜੂਦ ਵੀ ਤੁਸੀਂ ਇਹ ਸਰ ਕਰਕੇ ਲਿਆਏ ਹੋ, ਮਨ ਦੇ ਵਿੱਚ ਕਦੇ ਆਇਆ ਨਹੀਂ ਕਿ ਯਾਰ ਰੱਬ ਨੇ ਅਜਿਹਾ ਚੈਲੇਂਜ ਦਿੱਤਾ, ਪਰ ਉਸ ਚੈਲੇਂਜ ਨੂੰ ਵੀ ਤੁਸੀਂ ਕਬੂਲ ਕੀਤਾ? ਜੀ ਦੇਖੋ ਜੀ, ਐਥਲੀਟ ਲਈ ਹਰ ਜ਼ਿੰਦਗੀ ਦੇ ਹਰ ਮੋੜ 'ਤੇ ਚੈਲੇਂਜ ਰਹਿੰਦਾ ਹੈ। ਚਾਹੇ ਮੈਂ ਜਦੋਂ ਗੇਮ ਸ਼ੁਰੂ ਕੀਤੀ ਐਜ਼ ਬੀਂਗ ਡਿਸੇਬਿਲਿਟੀ ਦਾ ਕਰਕੇ ਵੀ ਮੈਨੂੰ ਕੁਛ ਚੈਲੇਂਜਸ ਰਹੇ, ਫਿਰ ਸਟੱਡੀ ਨੂੰ ਨਾਲ ਆਪਣੇ ਕੰਪਲੀਟ ਰੱਖਣਾ, ਔਰ ਉਸ ਤੋਂ ਬਾਅਦ ਮੇਰੀ ਜਦੋਂ ਪਰਫੋਰਮੈਂਸ ਨਹੀਂ ਸੀ ਆ ਰਹੀ ਕੁਛ ਸਾਲ ਗੇਮ ਕਰਨ ਤੋਂ ਬਾਅਦ, ਮੈਂ ਇੱਕ ਵਾਰੀ ਗੇਮ ਕੁਇਟ ਕਰਤੀ ਸੀ, ਮੇਰੇ ਕੋਚ ਸਾਹਿਬ ਨੇ ਮੈਨੂੰ ਦੁਬਾਰਾ ਫਿਰ ਮੈਨੂੰ ਮਿਲ ਕੇ ਮੇਰੀ ਗੇਮ ਸਟਾਰਟ ਕਰਵਾਈ, ਮੇਰਾ ਇਵੈਂਟ ਚੇਂਜ ਕੀਤਾ। ਉਦੋਂ ਤੋਂ ਮੈਂ ਲਗਾਤਾਰ ਇੰਡੀਆ ਲਈ ਖੇਡ ਰਿਹਾ, ਫਿਰ ਉਸ ਤੋਂ ਇਸ ਦੌਰਾਨ ਹੀ ਕੋਵਿਡ ਆ ਜਾਣਾ, ਉਹ ਚੈਲੇਂਜਸ ਰਹੇ। ਫਿਰ ਮੈਂ ਜਦੋਂ 2021 'ਚ ਬਰੋਂਜ ਮੈਡਲ ਜਿੱਤਿਆ ਸੀ ਤਾਂ ਇਸ ਵਾਰ ਮੈਨੂੰ ਕੰਪਲੀਮੈਂਟ ਮਿਲਦੇ ਸੀ ਕਿ ਤੁਸੀਂ ਰੰਗ ਬਦਲਣਾ ਹੈ ਮੈਡਲ ਦਾ, ਤਾਂ ਉਹ ਪ੍ਰੈਸ਼ਰ ਵੀ ਹੁੰਦਾ ਇਸ ਚੀਜ਼ ਦਾ ਕਾਫੀ ਪਲੇਅਰ 'ਤੇ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਹ ਸਾਰੇ ਚੈਲੇਂਜਸ ਨੂੰ। ਤੁਸੀਂ ਮੈਡਲ ਜਿੱਤਿਆ, ਸਭ ਤੋਂ ਪਹਿਲਾਂ ਫੈਮਿਲੀ ਦਾ ਰਿਐਕਸ਼ਨ ਕੀ ਸੀ? ਸਭ ਤੋਂ ਪਹਿਲਾਂ ਕਾਲ ਕਿਹਨੂੰ ਕੀਤੀ ਤੁਸੀਂ ਜਾਂ ਤੁਹਾਨੂੰ ਕਾਲ ਕੀਤੀ ਹੈ? ਮੇਰਾ ਨਾ ਇੱਕ ਤਰੀਕਾ ਹੁੰਦਾ ਜੀ, ਮੈਂ ਸੋਸ਼ਲ ਮੀਡੀਆ ਤੋਂ ਦੂਰ ਹੋ ਜਾਂਦਾ ਕੁਛ ਮਹੀਨੇ ਪਹਿਲਾਂ ਵੱਡੇ ਇਵੈਂਟ ਤੋਂ, ਔਰ ਮੇਰਾ ਫੋਨ ਉਸ ਦਿਨ ਬੰਦ ਹੁੰਦਾ, ਤਾਂ ਮੇਰਾ ਮਨ ਕਰ ਰਿਹਾ ਸੀ ਜਦੋਂ ਮੈਂ ਫਾਈਨਲ 'ਚ ਪਹੁੰਚ ਗਿਆ, ਮੇਰਾ ਆਪਣਾ ਮੈਡਲ ਪੱਕਾ ਹੋ ਗਿਆ ਸੀ ਇੰਡੀਆ ਲਈ, ਤਾਂ ਮੇਰਾ ਮਨ ਕਰ ਰਿਹਾ ਸੀ ਮੈਂ ਘਰੇ ਗੱਲ ਕਰਾਂ, ਪਰ ਮੈਂ ਆਪਣੇ ਆਪ ਨੂੰ ਇਸ ਮਜ਼ਬੂਤ ਰੱਖਿਆ ਕਿ ਮੈਂ ਹਜੇ ਫੋਨ ਔਨ ਨਹੀਂ ਕਰਨਾ। ਉਸ ਤੋਂ ਬਾਅਦ ਮੈਡਲ ਸੈਰੇਮਨੀ ਤੋਂ ਬਾਅਦ ਕਾਫੀ ਫੋਰਮੈਲਿਟੀਜ਼ ਹੁੰਦੀਆਂ, ਫਿਰ ਮੇਰੇ ਘਰ ਮੇਰੇ ਫਾਦਰ ਸਾਹਿਬ ਨਾਲ, ਮੇਰੀ ਮਿਸਿਜ਼ ਨਾਲ ਗੱਲ ਹੋਈ, ਤਾਂ ਉਹ ਬਹੁਤ ਖੁਸ਼ ਸੀ, ਔਰ ਮੇਰੇ ਫਾਦਰ ਸਾਹਿਬ ਤੋਂ ਇਹ ਅਵਾਰਡ ਸੁਣਨੇ ਕਿ ਆਈ ਐਮ ਪ੍ਰਾਊਡ ਆਫ ਯੂ ਬੇਟਾ,
ਤਾਂ ਇਹ ਸਭ ਤੋਂ ਮਤਲਬ ਪ੍ਰਾਊਡ ਮੂਮੈਂਟ ਸੀ ਮੇਰੇ ਲਈ ਕਿ ਜਦੋਂ ਤੁਹਾਨੂੰ ਤੁਹਾਡੇ ਮਾਂ ਬਾਪ ਤੋਂ ਕੰਪਲੀਮੈਂਟਸ ਮਿਲਦਾ ਹੈ। ਕੀ ਬਾਤ ਹੈ, ਤੁਸੀਂ ਕੋਚ ਸਾਹਿਬ ਦੀ ਗੱਲ ਕੀਤੀ, ਕੋਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਕੋਚ ਸਾਹਿਬ, ਕਿਸੇ ਵੀ ਹੀਰੇ ਨੂੰ ਤਰਾਸ਼ਣ ਦੇ ਵਿੱਚ ਉਹਦੇ ਜੋਹਰੀ ਦਾ ਬਹੁਤ ਵੱਡਾ ਹੱਥ ਹੈ। ਇਹ ਉਹ ਹੀਰਾ ਜਿਹਨੂੰ ਤਰਾਸ਼ਿਆ ਇਸ ਕੋਚ ਨੇ। ਇਹ ਕਹਿੰਦੇ ਨੇ ਕਿ ਇੱਕ ਵਾਰ ਗੇਮ ਡਿਪ ਹੋ ਗਈ ਪਰ ਮੇਰੇ ਕੋਚ ਨੇ ਮੈਨੂੰ ਤਰਾਸ਼ਤਾ ਅਤੇ ਗੋਲਡ ਮੈਡਲ ਲਿਆ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਸ਼ਰਮਾ। ਮਤਲਬ ਮੈਂ ਸਰ ਕਹਿੰਦੇ ਨਾ, ਕਈ ਵਾਰ ਕੋਚ ਤੋਂ ਵੱਧ ਇੱਕ ਪਲੇਅਰ ਦਾ ਬਹੁਤ ਵੱਡਾ। ਇੱਕ ਹੀਰਾ ਉਹ ਪਹਿਲਾਂ ਹੀ ਹੀਰਾ ਹੋਵੇ ਅਤੇ ਕੋਚ ਨੂੰ ਅੱਛਾ ਮਿਲ ਜਾਏ ਤਾਂ ਤਰਾਸ਼ਿਆ ਜਾਂਦਾ, ਅਤੇ ਪਹਿਲਾਂ ਹੀ ਖਦਾਨ ਸੀ ਅਤੇ ਮੈਂ ਹੌਲੇ ਹੌਲੇ ਨਿਕਲ ਰਿਹਾ। ਮਤਲਬ ਹੀ ਇਜ਼ ਡੂਇੰਗ ਗ੍ਰੇਟ, ਸਟੱਡੀ ਵਿੱਚ ਬਹੁਤ ਅੱਛਾ ਹੈ, ਡਿਸਿਪਲਿਨ ਵਾਈਜ਼ ਬ੍ਰਿਲੀਅੰਟ, ਮੋਰ ਦੈਨ ਮੀ, ਮੋਰ ਦੈਨ ਐਨੀ ਵਨ, ਮਤਲਬ ਇਨ ਆਰਚਰੀ। ਤੋ ਮਤਲਬ ਇੱਕ ਪਹਿਲਾਂ ਹੀ ਹੀਰਾ ਅਤੇ ਹੁਣ ਕੋਹੀਨੂਰ ਹੀਰਾ ਬਣਨ ਦੀ ਗੌੜ 'ਚ ਹੈ ਜੀ। ਤੁਸੀਂ ਇਹ ਕਹਿਣਾ ਚਾਹੋਗੇ ਕਿ ਜਿਹੜੇ ਹੋਰ ਬੱਚੇ ਨੇ ਪੰਜਾਬ ਦੇ ਵਿੱਚ ਜਿਹੜੀ ਤਰਾਸਦੀ ਨਸ਼ਿਆਂ ਲਈ, ਇਹ ਉਹ ਆ, ਜੇ ਸਰਦਾਰ ਹਰਵਿੰਦਰ ਸਿੰਘ ਮੈਡਲ ਜਿੱਤ ਸਕਦੇ ਨੇ ਤਾਂ ਹੋਰ ਕਿਉਂ ਨਹੀਂ? ਸਰ ਇਹ ਮੰਦਭਾਗੀ ਮੈਂ ਕਹੂੰਗਾ ਵੀ ਆਪਣੇ ਪੰਜਾਬ ਜੋ ਇੰਨਾ ਰਿਚ ਇਤਿਹਾਸ ਆ, ਜਿਵੇਂ ਰਾਜਾ ਸਾਹਿਬ ਨੇ ਦੱਸਿਆ ਆਪਣੇ ਪ੍ਰਾਈਮ ਮਿਨਿਸਟਰ ਕਰ ਰਹੇ ਹਾਂ, ਮਤਲਬ ਨਸ਼ਾ ਮਤਲਬ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਆਪਾਂ ਨੂੰ ਸਭ ਨੂੰ ਪਤਾ, ਬਟ ਇਹ ਸਿਰਫ ਫੈਮਲੀਜ਼ ਕਲਚਰ ਸਪੋਰਟਸ ਜਿੰਨਾ ਆਊਗਾ ਉਨਾ ਜ਼ਿਆਦਾ ਨਸ਼ਾ ਛੱਡਿਆ ਜਾਊਗਾ। ਹਰਵਿੰਦਰ ਤੋਂ ਇੰਸਪੀਰੇਸ਼ਨ ਲੈ ਕੇ ਸਾਡੇ ਕੋਲ ਬਹੁਤ ਲੋਕ ਆਉਂਦੇ ਆ, ਇਹ ਬਹੁਤ ਬੰਦਿਆਂ ਲਈ ਇੰਸਪੀਰੇਸ਼ਨ ਹੈ, ਇਹ ਮਤਲਬ ਲੈਕਚਰ ਲੈਂਦਾ ਦਿੰਦਾ, ਮਤਲਬ ਇਹ ਚੀਜ਼ਾਂ ਨਾਲ ਹੀ ਜਿਵੇਂ ਹੁਣ ਕਿੰਨੇ ਆਏ ਨੇ, ਸਰਬਜੋਤ ਆਇਆ, ਹਾਰਦਿਕ ਆਇਆ, ਜਾਂ ਕਿੰਨੇ ਮਤਲਬ ਤੁਸੀਂ ਵੀ ਗੱਲ ਕੀਤੀ, ਮੈਂ ਥੋੜ੍ਹੀ ਦੇਰ ਪਹਿਲਾਂ ਸੁਣਿਆ ਵੀ ਆਫਟਰ ਕ੍ਰਿਕਟ ਮਤਲਬ ਹੋਰ ਗੇਮਸ ਦਾ ਨਾਮ ਸੁਣਨ ਨੂੰ ਮਿਲਿਆ, ਤਾਂ ਇਹੀ ਬਹੁਤ ਅੱਛੀ ਚੀਜ਼ ਹੈ। ਜਿਵੇਂ ਜਿਵੇਂ ਗਰੋ ਕਰੀ ਜਾਊਗੀ ਸਪੋਰਟਸ, ਉਵੇਂ ਉਵੇਂ ਮਤਲਬ ਹਰ ਇੱਕ ਬੰਦਾ ਨਸ਼ੇ ਨੂੰ ਵੀ ਛੱਡੂਗਾ, ਸਪੋਰਟਸ ਵੱਲ ਜ਼ਿਆਦਾ ਵਧੂਗਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਹਰਵਿੰਦਰ ਜੀ, ਬਹੁਤ ਬਹੁਤ ਮੁਬਾਰਕਾਂ ਵੰਸ ਅਗੇਨ ਤੁਹਾਨੂੰ। ਸੋ ਇਹ ਸਨ ਹਰਵਿੰਦਰ ਸਿੰਘ ਜਿਨ੍ਹਾਂ ਨੇ ਗੋਲਡ ਮੈਡਲ ਜਿੱਤਿਆ, ਔਰ ਅੱਜ ਕੱਲ੍ਹ ਇਹਨਾਂ ਦਾ ਨਾਮ ਗੋਲਡਨ ਸਰਦਾਰ ਹੈ।